ਸਤਿ ਸ਼੍ਰੀ ਅਕਾਲ ਜੀ, ਮੈਂ ਕਰਮਜੀਤ ਕੌਰ ਇਸ ਸਮੇਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਨੀਵਾਲ ਵਿਖੇ ਪ੍ਰਿੰਸੀਪਲ ਦੇ ਵਜੋਂ ਡਿਊਟੀ ਨਿਭਾ ਰਹੀ ਹਾਂ। ਅਤੇ ਇਸ ਤੋਂ ਪਹਿਲਾਂ ਮੈਂ ਵੀ ਤੁਹਾਡੇ ਵਾਂਗ ਹੀ ਮੈਥ ਮਿਸਟਰਸ ਦੀ ਪੋਸਟ 'ਤੇ ਸੀ। ਅਤੇ ਪਿਛਲੇ ਸਾਲ ਮਿਲੇ ਇੱਕ ਬਹੁਤ ਹੀ ਵਧੀਆ ਮੌਕੇ 'ਚ PPSC ਦਾ ਟੈਸਟ ਅਤੇ ਇੰਟਰਵਿਊ ਕਲੀਅਰ ਕਰਦੇ ਹੋਏ ਮੈਨੂੰ ਮੌਕਾ ਮਿਲਿਆ ਕਿ ਮੈਂ ਕਰ ਸਕਾਂ ਅਤੇ ਡਿਪਾਰਟਮੈਂਟ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਾਂ। ਮੈਂ ਪੰਜਾਬੀ ਦੀ ਇੱਕ ਬਹੁਤ ਹੀ ਅੱਛੀ ਕਹਾਵਤ 'ਚ ਯਕੀਨ ਰੱਖਦੀ ਹਾਂ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਜਦੋਂ ਮੈਂ ਆਪਣੀ ਤਿਆਰੀ ਕਰ ਰਹੀ ਸੀ ਟੈਸਟ ਦੀ ਤਾਂ ਮੇਰੇ ਬਹੁਤ ਹੀ ਨੀਅਰ ਐਂਡ ਡੀਅਰ ਵੰਸ, ਮੇਰੇ ਦੋਸਤ ਮਿੱਤਰ, ਮੇਰੇ ਰਿਸ਼ਤੇਦਾਰ ਦਿਨ ਰਾਤ ਮੇਰੇ ਨਾਲ ਹੁੰਦੇ ਸੀ। ਮੇਰੀ ਬਹੁਤ ਮਦਦ ਕੀਤੀ ਉਹਨਾਂ ਨੇ ਅਤੇ ਉਹਨਾਂ ਦੀ ਮਿਹਨਤ ਸਦਕਾ ਹੀ ਮੈਂ ਇਹ ਟੈਸਟ ਕਲੀਅਰ ਕਰ ਪਾਈ। ਅਤੇ ਅੱਜ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਨਾਲ ਦੇ ਭੈਣ ਭਰਾਵਾਂ ਦੀ ਮਦਦ ਕਰਾਂ ਤਾਂ ਜੋ ਉਹ ਵੀ ਸਫਲਤਾ ਦੀ ਕੁੰਜੀ ਮਿਹਨਤ ਕਰਦੇ ਹੋਏ ਆਪਣਾ ਇਹ ਟੈਸਟ ਕਲੀਅਰ ਕਰ ਸਕਣ ਅਤੇ ਆਪਣੀਆਂ ਸੇਵਾਵਾਂ ਆਪਣੇ ਸਿੱਖਿਆ ਵਿਭਾਗ ਵਿੱਚ ਪ੍ਰਿੰਸੀਪਲ ਵਜੋਂ, ਹੈੱਡ ਮਾਸਟਰ ਵਜੋਂ ਪ੍ਰਦਾਨ ਕਰ ਸਕਣ ਅਤੇ ਸੋਸਾਇਟੀ ਨੂੰ ਇੱਕ ਸੇਧ ਦੇ ਸਕਣ। ਮੇਰੇ ਸਫਲਤਾ ਦੇ ਸਫ਼ਰ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਸੀ ਜੋ ਮੈਨੂੰ ਹਮੇਸ਼ਾ ਯਾਦ ਰਹਿਣਗੀਆਂ, ਜਾਂ ਇਹ ਕਹਿ ਲਓ ਕਿ ਕੁਝ ਇਹੋ ਜਿਹੀਆਂ ਕੁਝ ਇਹੋ ਜਿਹੇ ਰਸਤੇ ਸਨ ਜਿਨ੍ਹਾਂ ਦੇ ਉੱਤੇ ਤੁਰਦੇ ਹੋਏ ਮੈਂ ਟੈਸਟ ਕਲੀਅਰ ਕਰ ਪਾਈ। ਅਤੇ ਉਹੀ ਰਸਤੇ ਮੈਂ ਤੁਹਾਡੇ ਨਾਲ ਜ਼ਰੂਰ ਅੱਜ ਸ਼ੇਅਰ ਕਰਨਾ ਚਾਹਾਂਗੀ, ਜਿਸ ਵਿੱਚ ਸਭ ਤੋਂ ਪਹਿਲੀ ਗੱਲ ਹੈ ਫੋਕਸ। ਚਾਹੇ ਦਿਨ ਹੋਵੇ ਜਾਂ ਰਾਤ, 24 ਦੇ 24 ਘੰਟੇ, 7 ਦੇ 7 ਦਿਨ ਲਗਾਤਾਰ ਆਪਣਾ ਫੋਕਸ ਇੱਕ ਸਿਰਫ PPS ਤੇ ਬਣਾ ਕੇ ਰੱਖੋ। ਜੇਕਰ ਤੁਹਾਡਾ ਫੋਕਸ ਇੱਕ ਜਗ੍ਹਾ ਟਿਕਿਆ ਹੋਇਆ ਤਾਂ ਤੁਹਾਡਾ ਹਰ ਸਾਹ PPSC ਦੇ ਟੈਸਟ ਦੀ ਤਿਆਰੀ ਵਿੱਚ ਲੱਗਿਆ ਰਹੇਗਾ। ਮੇਰੀਆਂ ਬਹੁਤ ਸਾਰੀਆਂ ਭੈਣਾਂ ਜੋ ਕਿ ਆਪਣੀ ਫੈਮਿਲੀ ਨੂੰ ਵੀ ਸੰਭਾਲਦੀਆਂ ਹਨ, ਮੈਂ ਉਹਨਾਂ ਦਾ ਟਾਈਮ, ਉਹਨਾਂ ਦੀ ਮਿਹਨਤ ਸਮਝ ਸਕਦੀ ਹਾਂ, ਕਿਉਂਕਿ ਮੈਂ ਵੀ ਫੈਮਿਲੀ ਦੇ ਵਿੱਚ ਰਹਿ ਕੇ ਹੀ ਤਿਆਰੀ ਕੀਤੀ ਸੀਗੀ। ਅਤੇ ਮੈਂ ਇਹ ਉਹਨਾਂ ਨੂੰ ਸਲਾਹ ਦੇਣਾ ਚਾਹਾਂਗੀ ਕਿ ਜੋ ਵੀ ਆਪਣਾ ਕੰਮ ਕਰਦੇ ਹਾਂ ਉਹਨੂੰ ਕੰਮ ਨਾ ਸੋਚੋ, ਉਹਨੂੰ ਇੱਕ ਅਪਰਚੁਨਿਟੀ ਸੋਚੋ ਕਿ ਉਹ ਤੁਹਾਨੂੰ ਟਾਈਮ ਮਿਲਿਆ ਹੈ ਤਿਆਰੀ ਕਰਨ ਦਾ। ਕੁਛ ਨਾ ਕੁਛ ਸੁਣਦੇ ਰਹੋ, ਕੁਛ ਨਾ ਕੁਛ ਪੜ੍ਹਦੇ ਰਹੋ, ਜੋ ਵੀ ਤੁਹਾਡੇ ਕੰਮ ਦੀ ਚੀਜ਼ ਤੁਹਾਨੂੰ ਨਜ਼ਰ ਆਉਂਦੀ ਹੈ ਉਹਨੂੰ ਲੈ ਕੇ ਆਪਣੇ ਨਾਲ ਬੈਠੋ। 3 Idiots ਦੀ ਇੱਕ ਡਾਇਲੋਗ ਸੀਗਾ ਜੋ ਮੈਨੂੰ ਬਹੁਤ ਪਸੰਦ ਹੈ ਅਤੇ ਵਾਕਈ ਉਹ ਇਸ ਟਾਈਮ ਤੁਹਾਡੇ ਬਹੁਤ ਕੰਮ ਦਾ ਹੈ। ਆਮਿਰ ਖਾਨ ਨੇ ਕਿਹਾ ਸੀ ਕਿ ਨੌਲੇਜ ਇਜ਼ ਐਵਰੀਵੇਅਰ, ਚਾਰੋ ਓਰ ਗਿਆਨ ਕੇ ਭੰਡਾਰ ਹੈ, ਜਹਾਂ ਸੇ ਪਾ ਸਕਤੇ ਹੋ ਪਾ ਲਓ। ਬਿਲਕੁਲ ਇਹੀ ਚੀਜ਼ ਇੱਥੇ ਐਪਲੀਕੇਬਲ ਹੈ ਜੀ। ਤੁਹਾਡੇ ਬੱਚਿਆਂ ਦੀਆਂ GK ਬੁੱਕਸ ਪਈਆਂ ਹੋਣਗੀਆਂ, ਉਹਨਾਂ ਨੂੰ ਚੱਕ ਕੇ ਦੇਖੋ, ਉਹਨਾਂ ਨੂੰ ਪੜ੍ਹਾਓ, ਉਹਨਾਂ ਨੂੰ SST ਪੜ੍ਹਾਓ, ਜਨਰਲ ਸਾਇੰਸ ਪੜ੍ਹਾਓ, ਜੋ ਛੋਟੇ ਛੋਟੇ ਪੁਆਇੰਟਸ ਆਪਣੀਆਂ NCERT ਦੀਆਂ ਬੁੱਕਸ, ਆਪਣੀਆਂ ਪੰਜਾਬ ਬੋਰਡ ਦੀਆਂ ਬੁੱਕਸ ਪਏ ਹੈ, ਸਾਰੇ ਦੇ ਸਾਰੇ ਕੁਐਸਚਨਸ ਉੱਥੋਂ ਹੀ ਆਉਂਦੇ ਨੇ। ਚਾਹੇ ਜਿੰਨੀਆਂ ਮਰਜ਼ੀ GK ਦੀਆਂ ਬੁੱਕਸ ਪੜ੍ਹ ਲਓ, ਕੋਈ ਹੋਰ ਬੁੱਕਸ ਪੜ੍ਹ ਲਓ, ਬਟ ਬੇਸ ਜਿਹੜਾ ਹੈ ਆਪਣਾ ਉਹ ਆਪਣੀਆਂ NCERT ਅਤੇ PSEB ਦੀਆਂ ਬੁੱਕਸ ਹੀ ਬਣਾ ਸਕਦੀਆਂ ਨੇ। ਬੁੱਕਸ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬੁੱਕਸ GK ਦੀਆਂ ਦੇਖੀਆਂ ਸੀਗੀਆਂ, ਤਾਂ ਉਹਦੇ 'ਚੋਂ ਇੱਕ ਮੈਨੂੰ ਜੋ ਅੱਛੀ ਲੱਗੀ ਸੀ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਮੈਂ ਇਹ ਨਹੀਂ ਕਹਿੰਦੀ ਕਿ ਇਹਨੂੰ ਫੋਲੋ ਕਰੋ ਜਾਂ ਇਹ ਬੈਸਟ ਹੈ। ਲੂਸੈਂਟ ਦੀ ਬੁੱਕ ਮੈਨੂੰ ਅੱਛੀ ਲੱਗੀ ਸੀ, ਆਲਦੋ ਉਹਦੇ 'ਚ ਕੋਈ ਕੁਐਸਚਨ ਆਨਸਰਸ ਨਹੀਂ ਦਿੱਤੇ ਹੋਏ, ਬਟ ਬਹੁਤ ਹੀ ਵਾਸਟ ਨੌਲੇਜ ਦਿੱਤੀ ਹੋਈ ਹੈ ਅਤੇ ਟੇਬਲਸ ਬਣੇ ਹੋਏ ਹੈ, ਸੋ ਆਈ ਲਾਈਕ ਡਿਟ ਮੱਚ। ਇਹਦੇ ਨਾਲ ਹੀ ਜੇ ਪੰਜਾਬ ਦੀ GK ਸਪੈਸ਼ਲੀ ਤੁਹਾਨੂੰ ਤਿਆਰ ਕਰਨੀ ਪਏਗੀ, ਹਿਸਟਰੀ ਆਫ ਪੰਜਾਬ ਤੁਹਾਨੂੰ ਤਿਆਰ ਕਰਨੀ ਪਏਗੀ, ਤਾਂ ਉਹਦੇ 'ਚ ਵੀ ਇੱਕ ਨਾਮ ਬਹੁਤ ਹੀ ਉੱਭਰ ਕੇ ਆਇਆ ਸੀਗਾ, ਬਹੁਤ ਲੋਕਾਂ ਨੇ ਮੈਨੂੰ ਸੁਜੈਸਟ ਕੀਤੀ ਸੀ, ਸਾਡਾ ਪੰਜਾਬ, ਦੈਟ ਇਜ਼ ਆਲਸੋ ਗੁੱਡ ਬੁੱਕ। ਅਤੇ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਜ਼ਰੂਰ ਸੁਜੈਸਟ ਕਰਾਂਗੀ ਕਿ ਜਿਵੇਂ ਕਿ ਤੁਸੀਂ ਸੁਣਿਆ ਹੀ ਹੋਏਗਾ ਕਿ ਜੋ ਲੋਕ IAS ਦੀ ਤਿਆਰੀ ਕਰਦੇ ਹੈ, PCS ਉਹਨਾਂ ਦਾ ਮਿੰਟੋ ਮਿੰਟੀ ਕਲੀਅਰ ਹੋ ਜਾਂਦਾ ਹੈ। ਬਿਲਕੁਲ ਹੀ ਇਹ ਸੇਮ ਗੱਲ ਆਪਣੇ 'ਤੇ ਵੀ ਅਪਲਾਈ ਹੁੰਦੀ ਹੈ। ਇੱਕ ਬੁੱਕ ਤੁਸੀਂ ਇਹੋ ਜਿਹੀ ਜ਼ਰੂਰ ਲਿਓ ਜਿਹਦੇ 'ਚ UPSC ਦੇ ਪੇਪਰਸ ਦਿੱਤੇ ਹੋਣ, IAS ਦੇ ਪੇਪਰਸ ਦਿੱਤੇ ਹੋਣ, ਪ੍ਰੀਵੀਅਸ ਪੇਪਰਸ, ਅਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਤਿਆਰੀ ਕਰੋ, ਕਿਉਂਕਿ ਕੁਝ ਕੁਐਸਚਨਸ ਇਹੋ ਜਿਹੇ ਨੇ ਕਿ ਆਪਸ਼ਨਸ ਬਹੁਤ ਹੀ ਉਲਝਾਉਣ ਵਾਲੀਆਂ ਹੁੰਦੀਆਂ ਨੇ। ਆਪਾਂ ਨੂੰ ਲੱਗਦਾ ਆਪਾਂ ਨੂੰ ਬਹੁਤ ਅੱਛੀ ਤਰ੍ਹਾਂ ਟੋਪਿਕ ਆਉਂਦਾ, ਇਕਦਮ ਕਲੈਰਿਟੀ ਹੈ, ਪਰ ਜਦੋਂ ਆਪਾਂ ਕੁਐਸਚਨ ਦੇਖਦੇ ਹਾਂ, ਉਹਦੀਆਂ ਆਪਸ਼ਨਸ ਦੇਖਦੇ ਹਾਂ, ਤਾਂ ਆਪਾਂ ਦੇਖ ਕੇ ਪਜ਼ਲ ਹੋ ਜਾਂਦੇ। ਪਰ ਜੇਕਰ ਤੁਸੀਂ ਤਿਆਰੀ ਹੀ ਉਸ ਲੈਵਲ 'ਤੇ ਕੀਤੀ ਹੋਏਗੀ, ਫਿਰ ਤੁਹਾਨੂੰ ਐਗਜ਼ਾਮ ਟਾਈਮ ਬਿਲਕੁਲ ਹੀ ਪ੍ਰੋਬਲਮ ਨਹੀਂ ਹੋਏਗੀ, ਬਿਲਕੁਲ ਨਹੀਂ ਹੋਏਗੀ। ਬੁੱਕਸ ਦੀ ਮੈਂ ਜ਼ਰੂਰ ਗੱਲ ਕਰ ਰਹੀ ਹਾਂ, ਬਟ ਮੈਂ ਇਹ ਵੀ ਸਮਝਦੀ ਹਾਂ ਕਿ ਲੋਕਡਾਊਨ ਦਾ ਪੀਰੀਅਡ ਹੈ, ਬੁੱਕਸ ਤੁਸੀਂ ਨਹੀਂ ਲੈ ਸਕਦੇ। ਜੋ ਕੁਝ ਤੁਹਾਡੇ ਘਰ 'ਚ ਅਵੇਲੇਬਲ ਹੈ ਉਹਨੂੰ ਯੂਟੀਲਾਈਜ਼ ਕਰੋ। ਬੱਚਿਆਂ ਦੀਆਂ ਕਿਤਾਬਾਂ ਡੈਫੀਨੇਟਲੀ ਮਿਲ ਜਾਣਗੀਆਂ, ਆਪਣੇ ਸਿੱਖਿਆ ਵਿਭਾਗ ਵੱਲੋਂ E-books ਦੇ ਲਿੰਕਸ ਸ਼ੇਅਰ ਕੀਤੇ ਜਾ ਰਹੇ ਨੇ, ਉਹਨਾਂ ਨੂੰ ਯੂਜ਼ ਕਰੋ। E-books ਦੇ ਥਰੂ ਆਪਣੀਆਂ NCERT PSEB ਦੀਆਂ ਸਾਰੀਆਂ ਬੁੱਕਸ, SST ਦੀਆਂ, ਸਾਇੰਸ ਦੀਆਂ ਡਾਊਨਲੋਡ ਕਰੋ, ਗੋ ਥਰੂ ਦੋਸ, ਐਂਡ ਈਵਨ ਜਿਹੜੇ ਤੁਹਾਡੇ ਐਜੂਸੈਟ ਦੇ ਲੈਕਚਰਸ ਹੈ ਉਹ ਵੀ ਤੁਸੀਂ ਕਿਤੇ ਨਾ ਕਿਤੇ ਰੈਫਰ ਕਰ ਸਕਦੇ। ਇਹਦੇ ਨਾਲ ਦੀ ਨਾਲ ਹੋਰ ਜਿਹੜਾ ਤੁਸੀਂ ਸੋਰਸ ਆਲਰੇਡੀ ਯੂਜ਼ ਕਰ ਰਹੇ ਹੋ, WhatsApp ਗਰੁੱਪਸ ਆਪਣੇ ਬਹੁਤ ਕੰਮ ਆਉਂਦੇ ਆ, ਬਹੁਤ ਮਟੀਰੀਅਲ ਇਹਦੇ 'ਚ ਇਕੱਠਾ ਹੋ ਜਾਂਦਾ,
ਬੈਸਟ ਥਿੰਗ ਅੱਜ ਕੱਲ੍ਹ ਦੇ ਕਹਿ ਲਓ ਕਿ ਇਸ ਇਰਾ ਦੀ ਵਟਸਐਪ ਗਰੁੱਪਸ ਦੇ ਨਾਲ ਜਿੰਨਾ ਵੀ ਆਪਣਾ ਸੋਸ਼ਲ ਮੀਡੀਆ ਜੋ ਵੀ ਸਰਕੂਲੇਟ ਹੁੰਦਾ ਆ ਅਤੇ ਤੁਸੀਂ ਮੈਕਸੀਮਮ ਇਹਨੂੰ ਤੁਸੀਂ ਵੀ ਬਹੁਤ ਸਾਰੇ ਵਟਸਐਪ ਗਰੁੱਪਸ ਦੇ ਮੈਂਬਰਸ ਹੋਵੋਗੇ ਇੱਕ ਜਾਂ ਇੱਕ ਤੋਂ ਵੱਧ ਵੀ ਜੋ ਕੁਛ ਵੀ ਉੱਥੇ ਮਟੀਰੀਅਲ ਆਪਾਂ ਨੂੰ ਮਿਲਦਾ ਉਹ ਸਾਰਾ ਦਾ ਸਾਰਾ ਡਾਊਨਲੋਡ ਕਰੋ ਉਹਨੂੰ ਧਿਆਨ ਨਾਲ ਪੜ੍ਹੋ ਇੱਕ ਇੱਕ ਅੱਖਰ ਇੱਕ ਇੱਕ ਲਾਈਨ ਅਤੇ ਨਾਲ ਦੀ ਨਾਲ ਉਹਨੂੰ ਡਿਸਕਸ ਵੀ ਜ਼ਰੂਰ ਕਰੋ ਕਿਉਂਕਿ ਜਿੰਨਾ ਆਪਾਂ ਡਿਸਕਸ ਕਰਦੇ ਹਾਂ ਉਨਾ ਹੀ ਆਪਣੀ ਕਲੈਰਿਟੀ ਵੱਧਦੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਚਰਚਾ 'ਚ ਪਾਉਂਗੇ ਕੋਈ ਡਿਸਕਸ਼ਨ ਕਰੋਗੇ ਆਪਣੇ ਗਰੁੱਪ 'ਚ ਤਾਂ ਓਬਵੀਅਸ ਹੈ ਦੋ ਚਾਰ ਵਿਊਜ਼ ਹੋਰ ਵੀ ਆਉਣਗੇ ਦੂਸਰੇ ਮੈਂਬਰਸ ਵੱਲੋਂ ਅਤੇ ਤੁਹਾਡੀ ਕਨਸੈਪਟ ਕਲੈਰਿਟੀ ਵਧੀ ਜਾਏਗੀ ਜਾਂ ਇਹ ਕਹਿ ਲਓ ਕਿ ਤੁਹਾਨੂੰ ਕਿਸੇ ਕੁਐਸਚਨ ਨੂੰ ਅਟੈਂਪਟ ਕਰਨ ਦੇ ਆਪਸ਼ਨਸ ਪਤਾ ਚੱਲਦੇ ਜਾਣਗੇ ਜਦੋਂ ਆਪਾਂ ਡਿਸਕਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਨਾਲ ਹੀ ਮੈਂ ਐਡ ਕਰਾਂਗੀ ਕਿ ਫੈਮਿਲੀ ਮੈਂਬਰਸ ਦੇ ਨਾਲ ਡਿਸਕਸ਼ਨ ਹੋਣਾ ਵੀ ਬਹੁਤ ਜ਼ਰੂਰੀ ਹੈ ਹਿਊਮਨ ਲਾਈਫ ਹੈ ਜਿਹੜੀ ਇਟ ਇਜ਼ ਅ ਪ੍ਰੋਸੈਸ ਆਫ ਲਰਨਿੰਗ ਆਪਾਂ ਸਾਰਿਆਂ ਨੇ ਪੜ੍ਹਿਆ ਕਿ ਲਰਨਿੰਗ ਇਜ਼ ਦ ਪ੍ਰੋਸੈਸ ਵਿਚ ਸਟਾਰਟਸ ਫਰੋਮ ਬਰਥ ਐਂਡ ਗੋਜ਼ ਔਨ ਟਿਲ ਡੈਥ ਅਤੇ ਆਪਣਾ ਟੀਚਰ ਕੋਈ ਵੀ ਹੋ ਸਕਦਾ ਤੁਹਾਡਾ ਬੇਟਾ ਤੁਹਾਡੀ ਬੇਟੀ ਤੁਹਾਡੇ ਮੰਮੀ ਤੁਹਾਡੇ ਪਾਪਾ ਤੁਹਾਡੇ ਹਸਬੈਂਡ ਵਾਈਫ ਐਨੀਬਡੀ ਹਰ ਇਨਸਾਨ ਕੋਲ ਨੌਲੇਜ ਦਾ ਭੰਡਾਰ ਹੈ ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੁਛ ਨਾ ਕੁਛ ਦੱਸ ਸਕਦੇ ਆ ਘਰ ਦੇ ਬਜ਼ੁਰਗ ਤੁਹਾਨੂੰ ਪੁਰਾਣੀਆਂ ਕਦਰਾਂ ਕੀਮਤਾਂ ਬਾਰੇ ਦੱਸ ਸਕਦੇ ਆ ਮੁਹਾਵਰੇ ਲਕੋਕਤੀਆਂ ਦੱਸ ਸਕਦੇ ਆ ਆਪਣੀ ਹੈਰੀਟੇਜ ਦੇ ਸਮਾਨ ਬਾਰੇ ਦੱਸ ਸਕਦੇ ਆ ਕਿਉਂਕਿ ਇਹ ਸਾਰਾ ਦਾ ਸਾਰਾ ਪੰਜਾਬੀ ਕਲਚਰ 'ਚ ਇੰਕਲੂਡ ਹੁੰਦਾ ਜੀ ਇਸੇ ਤਰ੍ਹਾਂ ਤੁਹਾਡੇ ਬੱਚੇ ਹੁਣ ਦੀ ਜਨਰੇਸ਼ਨ ਦੇ ਜੋ ਗੈਜਟਸ ਹੈ ਉਹਨਾਂ ਬਾਰੇ ਦੱਸ ਸਕਦੇ ਆ ਬੱਚੇ ਬਹੁਤ ਸਾਰੀਆਂ ਐਨੀਮੇਟਡ ਫਿਕਸ਼ਨਸ ਦੇਖਦੇ ਆ ਐਨੀਮੇਟਡ ਮੂਵੀਜ਼ ਦੇਖਦੇ ਆ ਉਹਦੇ 'ਚੋਂ ਬਹੁਤ ਸਾਰਾ ਕੁਛ ਆਪਾਂ ਲਰਨ ਕਰ ਸਕਦੇ ਹਾਂ ਜੋ ਕਿਤੇ ਨਾ ਕਿਤੇ ਆਪਣੇ ਕੰਮ ਜ਼ਰੂਰ ਆ ਜਾਂਦਾ ਹੈ ਇਸ ਲਈ ਜੋ ਕੁਛ ਵੀ ਤੁਸੀਂ ਸੁਣਦੇ ਹੋ ਜੋ ਵੀ ਚਰਚਾ ਘਰੇ ਕਰਦੇ ਹੋ ਉਹਨੂੰ ਵੀ ਐਨਾਲਿਟੀਕਲੀ ਸੁਣੋ ਐਨਾਲਿਟੀਕਲੀ ਉਹਨੂੰ ਓਬਜ਼ਰਵ ਕਰੋ ਆਪਣੇ ਅੰਦਰ ਐਬਜ਼ੋਰਬ ਕਰੋ ਆਪਣੇ ਨੌਲੇਜ ਦੇ ਭੰਡਾਰ 'ਚ ਜੋੜੀ ਜਾਓ ਇਹਦੇ ਨਾਲ ਹੀ ਇੱਕ ਹੋਰ ਬਹੁਤ ਹੀ ਵਧੀਆ ਚੀਜ਼ ਹੈ ਜੋ ਅੱਜ ਕੱਲ੍ਹ ਆਪਾਂ ਯੂਜ਼ ਕਰਦੇ ਹਾਂ ਉਹ ਹੈ ਜੀ ਯੂਟਿਊਬ ਯੂਟਿਊਬ 'ਚ ਬਹੁਤ ਸਾਰੀ ਇਨਫੋਰਮੇਸ਼ਨ ਹੈ ਤੁਸੀਂ ਜਾ ਕੇ ਸਰਚ ਕਰੋਗੇ ਟੈਸਟ ਪ੍ਰੈਪਰੇਸ਼ਨ ਫੋਰ PPSC ਅਨੰਤ ਵੀਡੀਓਜ਼ ਤੁਹਾਡੇ ਕੋਲ ਆ ਜਾਣਗੀਆਂ ਜੋ ਕੋਈ ਵੀ ਟੌਪਿਕ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਉਹਨਾਂ ਰਿਲੇਟਡ ਵੀਡੀਓਜ਼ ਲੱਭੋ ਤੁਸੀਂ ਖੁਦ ਜੱਜ ਕਰ ਸਕੋਗੇ ਕਿ ਕਿਹੜੇ ਵੀਡੀਓਜ਼ ਵਧੀਆ ਨੇ ਅਤੇ ਕਿਹੜੇ ਨਹੀਂ ਤੁਹਾਨੂੰ ਅਪ ਟੂ ਦਿਮਾਗ ਲੱਗੇ ਜੋ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੇ ਹੈ ਉਹਨਾਂ ਨੂੰ ਡਾਊਨਲੋਡ ਕਰ ਲਓ ਉਹਨਾਂ ਦੇ ਨਾਲ ਰਿਲੇਟਡ ਆਈ ਮੀਨ ਕਿ ਜੇ ਮੈਂ ਕੋਈ ਚੈਨਲ ਚਲਾ ਰਹੀ ਹਾਂ ਜੇ ਮੇਰਾ ਇੱਕ ਟੌਪਿਕ ਤੁਹਾਨੂੰ ਵਧੀਆ ਲੱਗਿਆ ਤਾਂ ਹੋ ਸਕਦਾ ਹੈ ਮੇਰੇ ਬਾਕੀ ਟੌਪਿਕਸ ਵੀ ਵਧੀਆ ਹੀ ਹੋਣਗੇ ਤਾਂ ਇਸ ਤਰ੍ਹਾਂ ਤੁਹਾਡੇ ਕੋਲ ਇੱਕ ਬਹੁਤ ਹੀ ਵਧੀਆ ਰੈਪਰਟੋਇਰ ਬਣ ਜਾਏਗਾ ਯੂਟਿਊਬ ਚੈਨਲਸ ਦਾ ਇਹਦੇ 'ਚੋਂ ਵੀ ਮੈਂ ਇੱਕ ਸੁਜੈਸਟ ਕਰੂੰਗੀ ਜੋ ਮੈਨੂੰ ਪਰਸਨਲੀ ਵਧੀਆ ਲੱਗਿਆ ਸੀਗਾ ਅਨਅਕੈਡਮੀ ਉਹਦਾ ਨਾਮ ਹੈ ਅਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਮੈਨੂੰ ਜਿਹੜੇ ਲੋਕਾਂ ਨੇ ਸੁਜੈਸਟ ਕੀਤਾ ਸੀਗਾ ਉਹ ਖੁਦ IAS UPSC ਦੀ ਪ੍ਰੈਪਰੇਸ਼ਨ ਕਰ ਰਹੇ ਸੀਗੇ ਦੇਵਰ ਫੋਲੋਇੰਗ ਇਟ ਤਾਂ ਮੈਂ ਕੁਛ ਲੈਕਚਰ ਉਹ 'ਚੋਂ ਵੀ ਸੁਣੇ ਸੀਗੇ ਅਤੇ ਇਟ ਵਾਜ਼ ਗੁੱਡ ਤੁਸੀਂ ਵੀ ਆਪਣੇ ਲੈਵਲ ਦੇ ਹਿਸਾਬ ਨਾਲ ਆਪਣੇ ਨਾਲ ਮੈਚ ਕਰਦੇ ਹੋਏ ਯੂਟਿਊਬ ਚੈਨਲ ਸਰਚ ਕਰ ਸਕਦੇ ਹੋ ਅਤੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਐਂਡ ਯੂਟਿਊਬ ਚੈਨਲਸ ਹੈ ਜੋ ਫੀਮੇਲਸ ਵਾਸਤੇ ਬੈਸਟ ਹੈ ਕਿਉਂਕਿ ਆਪਾਂ ਯੂਟਿਊਬ 'ਤੇ ਇੱਕ ਚੈਨਲ ਇੱਕ ਵੀਡੀਓ ਚਲਾ ਲਈ ਉਹ ਵੀਡੀਓ ਨੂੰ ਦੇਖਦੇ ਦੇਖਦੇ ਉਹ ਵੀਡੀਓ ਨੂੰ ਸੁਣਦੇ ਸੁਣਦੇ ਆਪਾਂ ਕੁਕਿੰਗ ਵੀ ਕਰ ਸਕਦੇ ਹਾਂ ਉਹ ਵੀਡੀਓ ਨੂੰ ਸੁਣਦੇ ਸੁਣਦੇ ਆਪਾਂ ਕੱਪੜੇ ਵੀ ਧੋ ਸਕਦੇ ਹਾਂ ਉਹ ਵੀਡੀਓ ਨੂੰ ਦੇਖਦੇ ਦੇਖਦੇ ਸੁਣਦੇ ਸੁਣਦੇ ਆਪਾਂ ਘਰ ਦਾ ਮੈਕਸੀਮਮ ਕੰਮ ਕਰ ਲੈਂਦੇ ਹਾਂ ਮਤਲਬ ਇਹ ਕਿ ਤੁਹਾਡਾ ਟਾਈਮ ਉਸ ਟਾਈਮ ਜ਼ਾਇਆ ਨਹੀਂ ਜਾ ਰਿਹਾ ਹਰ ਟਾਈਮ ਤੁਹਾਡੇ ਕੰਮ ਦਾ ਕੁਛ ਨਾ ਕੁਛ ਹੈ ਤੁਹਾਡੇ ਕੋਲ ਅਗਲੀ ਗੱਲ ਜੀ ਮੈਂ ਸ਼ੇਅਰ ਕਰੂੰਗੀ ਕੋਚਿੰਗ ਦੀ ਇਸ ਟਾਈਮ ਵੀ ਆਫਲਾਈਨ ਆਨਲਾਈਨ ਦੋਨੋਂ ਤਰ੍ਹਾਂ ਦੀਆਂ ਕੋਚਿੰਗਸ ਚੱਲ ਰਹੀਆਂ ਨੇ ਵਟ ਆਈ ਫੀਲ ਕਿ ਜੋ ਕੋਚਿੰਗ ਸੈਂਟਰਸ ਨੇ ਉਹ ਦੋ ਚੀਜ਼ਾਂ ਮੇਨ ਕਵਰ ਕਰਦੇ ਨੇ ਇੱਕ ਹੁੰਦਾ ਜੀ ਤੁਹਾਡਾ ਸਿਲੇਬਸ ਉਹ ਇਹ ਖਿਆਲ ਰੱਖਦੇ ਆ ਵੀ ਹਰੇਕ ਏਰੀਆ ਸਿਲੇਬਸ ਦਾ ਕਵਰ ਹੋ ਜੇ ਅਤੇ ਦੂਸਰਾ ਹੁੰਦਾ ਜੀ ਟੈਸਟਿੰਗ ਅਤੇ ਜੇ ਇਸ ਟਾਈਮ ਤੁਸੀਂ ਘਰੇ ਬੈਠੇ ਹੋ ਕੋਚਿੰਗ ਨਾ ਵੀ ਲਓ ਤਾਂ ਕੋਈ ਵੱਡਾ ਫਰਕ ਨਹੀਂ ਪੈਣਾ ਉਹਦਾ ਸਬਸਟੀਟਿਊਟ ਕੀ ਹੈ ਆਪਣਾ ਸਿਲੇਬਸ ਸਾਹਮਣੇ ਰੱਖੋ ਜੋ ਕੁਛ ਵੀ ਤੁਸੀਂ ਤਿਆਰ ਕਰੀ ਜਾ ਰਹੇ ਹੋ ਉਹਨੂੰ ਸਿਲੇਬਸ 'ਚੋਂ ਸਟ੍ਰਾਈਕ ਆਫ ਕਰੀ ਜਾਓ ਅਤੇ ਧਿਆਨ ਰੱਖੋ ਕਿ ਸਿਲੇਬਸ ਦਾ ਹਰ ਪਾਰਟ ਤੁਸੀਂ ਇਕੁਅਲੀ ਕਵਰ ਕਰ ਰਹੇ ਹੋ ਕਿਉਂਕਿ ਹਿਊਮਨ ਟੈਂਡੈਂਸੀ ਹੁੰਦੀ ਹੈ ਕਿ ਜੋ ਕੁਛ ਆਪਾਂ ਨੂੰ ਪਸੰਦ ਹੈ ਆਪਾਂ ਉਹੀ ਚੀਜ਼ ਜ਼ਿਆਦਾ ਕਰਦੇ ਰਹਿੰਦੇ ਹਾਂ ਜੇ ਮੈਨੂੰ ਮੈਥਸ ਪਸੰਦ ਹੈ ਤਾਂ ਮੈਥਸ ਹੀ ਮੈਂ ਸੋਲਵ ਕਰੀ ਜਾਊਂਗੀ ਮੈਂ SST ਨਹੀਂ ਦੇਖੂੰਗੀ ਪਰ ਤਿਆਰੀ ਦੇ ਟਾਈਮ ਤੁਸੀਂ ਪੂਰਾ ਖਿਆਲ ਰੱਖਣਾ ਹੈ ਕਿ ਹਰੇਕ ਸਬਜੈਕਟ ਹਰ ਪੁਆਇੰਟ ਸਿਲੇਬਸ ਦਾ ਪੂਰਾ ਕਵਰ ਹੋਵੇ ਦੂਸਰੀ ਚੀਜ਼ ਹੈ ਜੀ ਟੈਸਟਿੰਗ ਟੈਸਟਿੰਗ ਵਾਸਤੇ ਮੈਂ ਸੁਜੈਸਟ ਕਰੂੰਗੀ ਕਿ ਪੁਰਾਣੇ ਪੇਪਰਸ UPSC ਦੇ ਡਿਪਾਰਟਮੈਂਟ ਦੇ ਫੂਡ ਸਪਲਾਈ ਡਿਪਾਰਟਮੈਂਟ ਦੇ ਜੋ ਵੀ ਤੁਹਾਨੂੰ ਮਿਲਦੇ ਹੈ
ਉਹਨਾਂ ਨੂੰ ਸੋਲਵ ਕਰੋ ਟਾਈਮ ਬਾਉਂਡ ਵਿੱਚ। ਜੇ ਤੁਹਾਡੇ ਕੋਲ 150 ਕੁਐਸਚਨ ਦਾ ਇੱਕ ਕੁਐਸਚਨ ਪੇਪਰ ਮਿਲਿਆ ਤਾਂ ਉਹਨੂੰ 150 ਮਿੰਟ ਲਾ ਕੇ ਟਾਈਮ ਸੈੱਟ ਕਰੋ। 9 ਵਜੇ ਸ਼ੁਰੂ ਕੀਤਾ ਤਾਂ ਜੇ 1.5 ਘੰਟਾ ਲੱਗ ਰਿਹਾ ਤਾਂ 1.5 ਘੰਟੇ 'ਚ, ਜੇ 2 ਘੰਟੇ ਲੱਗ ਰਿਹਾ ਤਾਂ 2 ਘੰਟੇ 'ਚ ਉਹ ਕੰਪਲੀਟ ਹੋਣਾ ਚਾਹੀਦਾ ਤੁਹਾਡਾ ਫੁੱਲ ਸਪੀਡ 'ਚ। ਜੇ ਹੁਣੇ ਤੋਂ ਤੁਸੀਂ ਇਹਨੂੰ ਫੋਲੋ ਕਰੋਗੇ ਤਾਂ ਤੁਹਾਡੀ ਸਪੀਡ ਬਹੁਤ ਵਧੀਆ ਫੋਲੋ ਹੋ ਜਾਏਗੀ, ਕਿਉਂਕਿ ਜਦੋਂ ਆਪਾਂ ਅਟੈਂਪਟ ਕਰਦੇ ਹਾਂ, ਲਾਸਟ ਗੱਲ ਮੈਂ ਇਹੀ ਡਿਸਕਸ ਕਰੂੰਗੀ ਤੁਹਾਡੇ ਨਾਲ, ਅਟੈਂਪਟੇਸ਼ਨ ਟਾਈਮ ਤੁਸੀਂ ਖਿਆਲ ਰੱਖਣਾ ਕਿ ਇੱਕ ਤਾਂ ਤੁਹਾਡੀ ਸਪੀਡ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਿਲਕੁਲ ਵੀ ਸਲੋ ਨਹੀਂ ਹੋਣੀ ਚਾਹੀਦੀ। ਜਿੱਥੇ ਤੁਹਾਡੀ ਸਪੀਡ ਸਲੋ ਹੋ ਗਈ ਉੱਥੇ ਹੀ ਤੁਸੀਂ ਵਾਕਈ ਮਾਤ ਖਾ ਜਾਓਗੇ ਜੇ ਤੁਹਾਡੀ ਸਪੀਡ ਸਲੋ ਹੋਈ, ਕਿਉਂਕਿ ਜਦੋਂ ਮੈਰਿਟ ਬਣਦੀ ਹੈ ਤਾਂ ਇੱਕ ਇੱਕ ਸਵਾਲ, ਇੱਕ ਇੱਕ ਨੰਬਰ ਕਾਊਂਟ ਹੁੰਦਾ ਹੈ, ਇਹ ਤੁਹਾਨੂੰ ਵੀ ਪਤਾ ਹੈ। ਅਤੇ ਮੈਂ ਖੁਦ ਦੇਖਿਆ ਕਿ ਕਿਵੇਂ ਇੱਕ ਇੱਕ ਨੰਬਰ ਪਿੱਛੇ ਸਟੇਸ਼ਨਸ ਡਿਸਟ੍ਰਿਕਟ 'ਚ ਚੇਂਜ ਹੋ ਗਏ ਸੀ, ਅਤੇ ਆਈ ਵਾਜ਼ ਲੱਕੀ ਵਨ ਕਿ ਮਾਰਕਸ ਅੱਛੇ ਆ ਗਏ ਸੀ ਅਤੇ ਮੈਨੂੰ ਮੇਰਾ ਹੋਮ ਡਿਸਟ੍ਰਿਕਟ ਮਿਲ ਗਿਆ, ਅਦਰਵਾਈਜ਼ ਬਾਰਡਰ ਏਰੀਆ ਜਾਂ ਕਿਤੇ ਵੀ ਪਲੇਸਮੈਂਟ ਹੋ ਸਕਦੀ ਹੈ। ਤਾਂ ਉਸ ਚੀਜ਼ ਨੂੰ ਵੀ ਖਿਆਲ 'ਚ ਰੱਖਦੇ ਹੋਏ ਆਪਣੀ ਤਿਆਰੀ ਪੂਰੀ ਰੱਖਣੀ ਹੈ। ਅਟੈਂਪਟੇਸ਼ਨ ਬਾਰੇ ਮੈਂ 2 ਗੱਲਾਂ ਕਹਿਣਾ ਚਾਹੂੰਗੀ ਅੰਤ 'ਚ। ਪਹਿਲੀ ਚੀਜ਼ ਤਾਂ ਮੈਂ ਹੁਣੇ ਜੋ ਕਹੀ ਕਿ ਸਪੀਡ, ਦੂਸਰੀ ਚੀਜ਼ ਸਪੀਡ ਨੂੰ ਬਰਕਰਾਰ ਰੱਖਣ ਲਈ ਆਪਾਂ ਕੁਛ ਰੂਲਸ ਫੋਲੋ ਕਰੀਏ। ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਰਾਊਂਡ ਹੋਣਾ ਚਾਹੀਦਾ ਹੈ ਉਹ ਕੁਐਸਚਨਸ ਦਾ ਹੋਣਾ ਚਾਹੀਦਾ ਜਿਹੜੇ ਤੁਹਾਨੂੰ ਦੇਖਦੇ ਹੀ ਆਂਸਰ ਪਤਾ ਹੈ। ਕੁਐਸਚਨ ਨੰਬਰ 1 ਆਂਸਰ ਏ, ਟਿਕ ਕਰ ਲਿਆ। ਕੁਐਸਚਨ ਨੰਬਰ 2 ਆਂਸਰ ਪਤਾ ਹੈ, 3 ਪਤਾ ਹੈ, 4 ਪਤਾ ਹੈ, ਟਿਕ ਕਰ ਲਓ। ਜਦੋਂ ਤੁਹਾਡਾ ਇੱਕ ਪੇਜ ਹੋ ਜਾਂਦਾ ਤਾਂ ਉਹ ਕੁਐਸਚਨਸ ਆਂਸਰ ਸ਼ੀਟ 'ਤੇ ਪਹਿਲਾਂ ABCDE ਡੋਟ ਲਾ ਲਓ, ਉਸ ਤੋਂ ਬਾਅਦ ਉਹਨਾਂ ਨੂੰ ਸਰਕਲ ਕਰ ਲਓ। ਕਿਉਂਕਿ ਜਦੋਂ ਆਪਾਂ ਇੱਕ ਇੱਕ ਕੁਐਸਚਨ ਨੂੰ ਪਿੱਛੇ ਸਰਕਲ ਕਰਦੇ ਹਾਂ ਉਹਦੇ 'ਚ ਵੀ ਟਾਈਮ ਵੇਸਟ ਹੁੰਦਾ ਹੈ, ਨਾ ਹੀ ਆਪਾਂ ਇਹ ਕਰਨਾ ਕਿ ਸਾਰੇ ਦੇ ਸਾਰੇ ਇਕੱਠੇ ਟਿਕ ਕਰਕੇ ਰੱਖ ਲਈਏ ਬਾਅਦ 'ਚੋਂ ਸਰਕਲ ਕਰੀਏ, ਨਾ ਹੀ ਆਪਾਂ ਇਹ ਕਰਨਾ ਕਿ ਨਾਲ ਦੀ ਨਾਲ ਇੱਕ ਇੱਕ ਕੁਐਸਚਨ ਸਰਕਲ ਕਰੀਏ। ਇੱਕ ਇੱਕ ਪੇਜ ਕਰਕੇ ਕਰੋ, 5-5 ਦੇ ਗਰੁੱਪ 'ਚ, 10-10 ਦੇ ਗਰੁੱਪ 'ਚ, ਉਹਦੇ ਨਾਲ ਤੁਹਾਡਾ ਟਾਈਮ ਸੇਵ ਹੋਏ। ਪਹਿਲਾ ਰਾਊਂਡ ਤੁਹਾਡਾ ਹੋ ਗਿਆ ਕੁਇਕ ਵਾਲਾ। ਸੈਕਿੰਡ ਰਾਊਂਡ ਤੱਕ ਜਦੋਂ ਆਪਾਂ ਜਾਂਦੇ ਹਾਂ, ਸਟਾਰਟਿੰਗ 'ਚ ਹਮੇਸ਼ਾ ਇਹ ਹੁੰਦਾ ਕਿ ਲਰਨਿੰਗ ਦਾ ਪ੍ਰੋਸੈਸ ਲੈ ਲਓ, ਚਾਹੇ ਆਪਣਾ ਐਗਜ਼ਾਮ ਲੈ ਲਓ, ਚਾਹੇ ਬੱਚਿਆਂ ਦੇ ਐਗਜ਼ਾਮ ਲੈ ਲਓ, ਸਟਾਰਟਿੰਗ 'ਚ ਆਪਣੀ ਜਿਹੜੀ ਬ੍ਰੇਨ ਦੀ ਪ੍ਰੋਸੈਸਿੰਗ ਹੈ ਥੋੜ੍ਹੀ ਸਲੋਅਰ ਹੁੰਦੀ ਹੈ, ਕੁਛ ਕੁਐਸਚਨ ਪੇਪਰ ਦਾ ਇਫੈਕਟ ਹੋ ਸਕਦਾ, ਕੁਛ ਆਊਟ ਆਫ ਫੀਅਰ ਹੋ ਸਕਦਾ, ਪਰ ਜਦੋਂ ਤੱਕ ਆਪਾਂ ਕੁਛ 10-15 ਕੁਐਸਚਨ ਅਟੈਂਪਟ ਕਰ ਲੈਂਦੇ ਹਾਂ ਕੌਨਫੀਡੈਂਟਲੀ, ਜੋ ਆਪਾਂ ਨੂੰ ਆਉਂਦੇ ਹੈ, ਉਦੋਂ ਤੱਕ ਆਪਣਾ ਬ੍ਰੇਨ ਵੀ ਫਟਾਫਟ ਅਟੈਂਪਟੇਸ਼ਨ 'ਤੇ ਚਾਲੂ ਹੋ ਜਾਂਦਾ ਹੈ। ਅਤੇ ਜਦੋਂ ਦੇਖੋਗੇ ਤੁਸੀਂ ਸੈਕਿੰਡ ਰਾਊਂਡ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕੁਐਸਚਨਸ ਇਹੋ ਜਿਹੇ ਹੋਣਗੇ ਜਿਹੜੇ ਪਹਿਲਾਂ ਤੁਹਾਨੂੰ ਪਹਿਲੀ ਨਜ਼ਰ 'ਚ ਨਹੀਂ ਪਤਾ ਚੱਲੇ ਸੀ ਅਤੇ ਹੁਣ ਤੁਸੀਂ ਅਟੈਂਪਟ ਕਰ ਸਕਦੇ ਹੋ, ਪਰ ਇਸ ਟਾਈਮ ਵੀ ਤੁਸੀਂ ਉਹ ਕੁਐਸਚਨ ਬਿਲਕੁਲ ਟੱਚ ਨਹੀਂ ਕਰਨੇ ਆ ਜਿਨ੍ਹਾਂ ਨੂੰ ਹਲੇ ਟਾਈਮ ਲੱਗੇਗਾ, ਜਿਨ੍ਹਾਂ ਨੂੰ ਸੋਲਵ ਕਰਨ 'ਚ ਟਾਈਮ ਲੱਗੇਗਾ, ਜਾਂ ਜਿਨ੍ਹਾਂ ਬਾਰੇ ਤੁਹਾਨੂੰ ਕੋਈ ਸ਼ੋਰਟੀ ਨਹੀਂ ਹੈ ਕਿ ਤੁਹਾਨੂੰ ਆਉਂਦਾ ਹੈ ਜਾਂ ਨਹੀਂ ਆਉਂਦਾ, ਉਸ ਕੁਐਸਚਨਸ ਨੂੰ ਤੁਸੀਂ 3rd ਰਾਊਂਡ ਵਾਸਤੇ ਛੱਡ ਦਿਓ, ਅਤੇ 2 ਰਾਊਂਡ ਹੋਣ ਤੋਂ ਬਾਅਦ 3rd ਰਾਊਂਡ ਜਦੋਂ ਤੁਸੀਂ ਕਰੋਗੇ ਉਦੋਂ ਤੁਸੀਂ ਟਾਈਮ ਦੇਖਣਾ ਕਿ ਤੁਹਾਡੇ ਕੋਲ ਟਾਈਮ ਕਿੰਨਾ ਬਚ ਗਿਆ, ਅਤੇ ਉਸ ਬਚੇ ਹੋਏ ਟਾਈਮ ਦੇ ਹਿਸਾਬ ਨਾਲ ਤੁਸੀਂ ਕੁਐਸਚਨਸ ਨੂੰ ਅਟੈਂਪਟ ਕਰਨਾ, ਤਾਂ ਕਿ ਤੁਹਾਡੀ ਅਟੈਂਪਟੇਸ਼ਨ ਮੈਕਸੀਮਮ ਹੋਵੇ ਅਤੇ ਟਾਈਮ ਤੁਹਾਡਾ ਪ੍ਰੋਪਰ ਤੁਹਾਡੀ ਅਟੈਂਪਟੇਸ਼ਨ ਦੇ ਨਾਲ ਮੈਚ ਹੋਵੇ। ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਸੀਗੀ ਰਿਗਾਰਡਿੰਗ ਬੁੱਕਸ, ਰਿਗਾਰਡਿੰਗ ਸਪੋਰਟ, ਰਿਗਾਰਡਿੰਗ ਅਟੈਂਪਟੇਸ਼ਨ। ਅਤੇ ਆਸ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀ ਪੂਰੀ ਦਿਨ ਰਾਤ ਦੀ ਮਿਹਨਤ ਲਾ ਕੇ ਤਿਆਰੀ ਕਰੋਗੇ, ਅਤੇ ਮੇਰੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਹੋਣਗੀਆਂ ਕਿ ਤੁਸੀਂ ਆਪਣੇ ਮਿਹਨਤ ਦੇ ਰਸਤੇ 'ਤੇ ਚੱਲਦੇ ਹੋਏ ਸਫਲਤਾ ਹਾਸਲ ਕਰੋ ਅਤੇ ਆਪਣੇ ਮਨ ਚਾਹੇ ਮੁਕਾਮ 'ਤੇ ਪੁੱਜੋ। ਧੰਨਵਾਦ।